वाहेगुरु जी का खालसा, वाहेगुरु जी की फतेह जी। शाम दा टाइम है जी, रह रात साहब हो रही है, ते मनुखता दी सेवा सब तो बड़ी सेवा परिवार दे जिहड़े मैंबर आ ओ सैर कर रहे है जी, ते तुहाडे नाल हमेशा जानकारियां सांझियां करदे रही दी, अगे भी परिवार दे विच किद्दां किद्दां की हालात बनदे ते बदलदे रहिंदे ने, ते अज फिर तुहाडे सामने आए हैं जी। इस पासे साडा मोदी खाना मैं जी, इत्थे राशन वगैरा सारा असीं रखदे हां, साडे सुपनिआं दे घर दा इक गुरु घर आ, छोटा छोटा जिहा गुरु घर जिहदे विच असीं बैठ के सारे नाम सिमरन करदे हां। बापू लुगी चाहे देख तां नहीं सकदे गे, पर हर रोज सैर करदे ने। माता तेज कौर, माता सत श्री अकाल, बेबे खड़ जा, सैर नहीं करनी, कोई ना एक मिनट मत रुक, एक कोई ना माता जी गल सुन, माता मेरी सुनो गल, तुरना नहीं, व्हील चेयर ते बैठ के, व्हील चेयर ते बहना मैं, तुरना नहीं मां, हुण कर लिया सैर, ओए गेड़ा दे ला माड़ी मोटी ताजी हवा ला के, जो आ रहा चला लैंदा मुंडा, आ मुंडा चला लैंदा। माता तेज कौर ने सलाम वालेकुम, सलाम वालेकुम बहन जी, ठीक है भेने, हुण तू आया गेड़ा दे, गेड़े दे, मीना भैन साडी, रिहाना भैन नूं भी गेड़े दवा रहे नाल, सारे एक्सरसाइज कर रहे ने, जिहड़े बजुर्ग ब्लाइंड ने देख नहीं सकते जां चल नहीं सकते उहनां नूं भी गेड़ा दवाया जा रहा वा। आ काका बाबा जी देख नहीं सकते, ध्रुव लैके जा रहे ने, इधर माता जी ने साडे माता जी नूं भी गेड़ा दवाया जा रहा वा, राम दुलारी बेबे साडी, ते साडी इधर भैन रेखा मित्तल ये भी सैर कर रही है, बापू राम जग बाबा जी ये भी शाम दा टाइम आ सैर कर रहे ने, बापू गुरमेल सिंह जी अखां तो ब्लाइंड ने दिखाई नहीं दे रहा इन्हां नूं भी, ये भी सैर कर रहे ने, ते दूसरे पासे माता शिमला देवी साडे, बेबे सत श्री अकाल, तुसी नहीं गेड़ा दे रहे, दे लो थोड़ा गेड़ा, दे लो। इधर दोनों मामा धीआं आशु अरोड़ा ते दर्शन अरोड़ा दोनों मामा धीआं भी सैर कर रही। माता कांता मट्टू कहतों नहीं आए बाहर, है पाल किधर चलिया गया, इधर हुण रहिरा साहब दा टाइम आ, गुरु घर दे विच संदे परिवार दे जिहड़े मैंबर ने उह जुड़ चुके ने जी। सारे खड़े हो जाओ भी जी, अरदास होने लगी आ, सारे खड़े हो जाओ अरदास, एक बारी सारे अंदर आ जाओ भाई, अरदास होने लगी आ, अरदास ਸਾਡੇ ਮਾਤਾ ਜੀ ਹੋਣਾ ਦਾ ਘਰ ਆ ਜੀ, ਔਰਤਾਂ ਦੀ ਰਹਿਸ਼, ਮਾਤਾ ਜੀ ਹੋਣੀ ਤੇ ਭੈਣਾਂ ਸਾਡੀਆਂ ਇਸ ਪਾਸੇ ਰਹਿੰਦੇ ਨੇ ਸਾਰੇ, ਬੇਬੇ ਸੰਧਿਆ ਦੇਵੀ ਵੀ ਸਾਡੀ ਸੈਰ ਕਰਨ ਲਈ ਹੁਣ ਤੁਰਨ ਫਿਰਨ ਲੱਗ ਗਈ ਹੈ, ਬੇਬੇ ਰੂਹੀ, ਓ ਰੂਹੀ ਠੀਕ ਹੈ ਭੈਣ, ਸਿਹਤ ਠੀਕ ਹੈ ਤੁਹਾਡੀ, ਕੈਸੇ ਹੋ, ਹੈ ਠੀਕ ਹੈ, ਇਹ ਭੈਣ ਨੂੰ ਜਿਨ੍ਹਾਂ ਨੇ ਦੇਖਿਆ ਜੀ ਇਹਨਾਂ ਦੀ ਵੀਡੀਓ ਭੈਣ ਦੀਆਂ, ਸ਼ਾਇਦ ਉਹਨਾਂ ਨੂੰ ਯਾਦ ਹੋਊਗਾ ਫਿਰੋਜ਼ਪੁਰ ਤੋਂ ਅਸੀਂ ਰੇਲਵੇ ਸਟੇਸ਼ਨ ਤੋਂ ਇਸ ਭੈਣ ਨੂੰ ਲੈ ਕੇ ਆਏ ਸੀਗੇ, ਇਹ ਭੈਣ ਦੇ ਨਾਲ ਉੱਥੇ ਬਹੁਤ ਹੀ ਜ਼ਿਆਦਾ ਅੱਤਿਆਚਾਰ ਹੁੰਦਾ ਸੀਗਾ, ਜੰਗਲ ਨੁਮਾ ਜਗ੍ਹਾ ਸੀ ਇੱਕ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਨਾਲ ਹੀ, 14-15 ਸਾਲਾਂ ਤੋਂ ਇਹ ਭੈਣ ਉੱਥੇ ਘੁੰਮਦੇ ਸੀਗੇ, ਬਹੁਤ ਮਾੜੇ ਹਾਲਾਤ, ਅਰਧਨਗਨ ਹਾਲਤ, ਸਿਰਫ ਇੱਕ ਲੀਡ ਸਰੀਰ ਦੇ ਉੱਪਰ ਇੱਕ ਕੱਪੜਾ ਬੰਨਿਆ ਹੋਇਆ ਸੀ ਬਸ ਓਦਾਂ ਹੀ, ਤੇ ਉੱਥੇ ਘਟੀਆ ਲੋਕ ਹਰ ਰੋਜ਼ ਇਸ ਭੈਣ ਦਾ ਜੋ ਦੁਰਾਚਾਰ ਕਰਦੇ ਸੀਗੇ ਉਹਦੇ ਬਾਰੇ ਬਿਆਨ ਕਰਨਾ ਵੀ ਮੁਸ਼ਕਿਲ ਆ, ਪਰ ਅੱਜ ਸਾਡੀ ਭੈਣ ਰੂਹੀ ਐਡਰੈਸ ਤਾਂ ਨਹੀਂ ਪਤਾ ਹੈ ਕੌਣ ਆ, ਕਿੱਥੋਂ ਆ, ਕਿਹੜੇ ਪਿੰਡ ਦੀ ਆ, ਕੁਛ
ਪਰ ਇਸ ਭੈਣ ਦੀ ਇੱਕ ਸਿਫਤ ਆ ਵੀ ਜਦੋਂ ਸਵੇਰੇ ਸਾਰੇ ਉੱਠਦੇ ਆ ਤੇ ਸਭ ਤੋਂ ਬਾਅਦ ਚ ਸੌਂਦੀ ਆ ਭੈਣ, ਤੇ ਸਾਰਾ ਦਿਨ ਸੇਵਾ ਕਰਾਉਂਦੀ ਆ ਮਾਤਾ ਜੀ ਹੁਣਾਂ ਨੂੰ ਸੰਭਾਲਣਾ, ਇਸ਼ਨਾਨ ਕਰਾਉਣੇ, ਪੋਚੇ ਲਾਉਣੇ, ਭਾਂਡੇ ਧੋਣੇ, ਪ੍ਰਸ਼ਾਦੇ ਛਕਾਉਣੇ, ਪ੍ਰਸ਼ਾਦਾ ਤਿਆਰ ਕਰਵਾਉਣਾ, ਸਾਰੇ ਕੰਮ ਸਾਡੀ ਇਹ ਰੂਹੀ ਭੈਣ ਆ। ਹੁਣ ਇਹਦੇ ਜਿਹੜੇ ਬਾਲ ਆ ਉਹ ਵੀ ਆਉਣ ਲੱਗ ਗਏ, ਗੁੱਤਾਂ ਹੋਣ ਲੱਗ ਗਈਆਂ, ਹਨਾ ਰੂਹੀ ਗੁੱਤਾਂ ਹੋਣ ਲੱਗ ਗਈਆਂ, ਦਿਖਾਣਾ ਦਿਖਾਓ। ਹਾਂ ਦੇਖੋ ਜੀ ਹੁਣ ਭੈਣ ਦੇ ਚਾਰ ਮੀਡੀਆਂ ਕਰਕੇ ਗੁੱਤਾਂ ਹੈ। ਹਾਂ ਇਹ ਕੌਣ ਆ, ਦੇਵੀ ਆ, ਇਹ ਦੇਵੀ ਆ, ਇਹਦਾ ਨਾਂ ਰੂਹੀ ਆ, ਰੂਹੀ ਰੂਹੀ, ਇਹਦਾ ਨਾਂ ਰੂਹੀ, ਮਾਤਾ ਜੀ ਰੂਹੀ, ਰੂਹੀ ਭੈਣ ਆ, ਇਹ ਭੈਣ ਆ, ਰੂਹੀ ਭੈਣ, ਇਹ ਰੂਹੀ ਭੈਣ ਆ, ਇਹ ਭੈਣ ਦਾ ਨਾਂ ਰੂਹੀ ਆ, ਰੂਹੀ ਇਹ ਆਪਾਂ ਨੂੰ ਫਿਰੋਜ਼ਪੁਰ ਤੋਂ ਮਿਲੀ ਸੀਗੀ, ਫਿਰੋਜ਼ਪੁਰ ਤੋਂ, ਪਤਾ ਨੀ ਲੱਗਦਾ ਬੇਬੇ ਸੰਧਿਆ ਦੇਵੀ ਜੀ ਵੀ ਸਾਨੂੰ, ਤੁਸੀਂ ਦੇਖਿਆ ਹੋਣਾ ਸਾਡੀਆਂ ਵੀਡੀਓ 'ਚ, ਅਸੀਂ ਪਰਸੋਂ ਕੱਲ੍ਹ ਇੱਕ ਵੀਡੀਓ ਸ਼ੇਅਰ ਕੀਤੀ ਸੀ ਮਾਵਾਂ ਠੰਡੀਆਂ ਛਾਵਾਂ, ਹਨ ਉਹਦੇ ਵਿੱਚ ਅਸੀਂ ਆਪਣੀਆਂ ਮਾਤਾਵਾਂ ਦਾ ਸਾਰਿਆਂ ਦਾ ਹਾਲ ਚਾਲ ਦੱਸਿਆ ਸੀ ਵੀ ਕਿੱਦਾਂ ਕਿਹੜੇ ਹਾਲਾਤਾਂ 'ਚੋਂ ਮਿਲੀਆਂ ਸੀਗੀਆਂ ਅਤੇ ਹੁਣ ਕਿਹੜੇ ਹਾਲਾਤਾਂ ਦੇ ਵਿੱਚ ਆ, ਅਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਤਾਂ ਜੋ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਾਵੇ, ਪਰ ਉਹ ਵੀਡੀਓ ਨੂੰ ਇੱਕ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਪੇਜ ਨੂੰ ਬਿਲਕੁਲ ਹੀ ਬਲੌਕ ਕੀਤਾ ਹੋਇਆ, ਫੇਸਬੁੱਕ ਵਾਲਿਆਂ ਨੇ ਪਹਿਲਾਂ ਵੀ ਪੇਜ ਬੰਦ ਕਰ ਦਿੱਤਾ ਗਿਆ ਸੀ ਸਾਡਾ, ਅਤੇ ਉਹ ਵੀਡੀਓ ਨੂੰ 4000 ਬੰਦੇ ਨੇ, 5000 ਬੰਦੇ ਨੇ ਹੁਣ ਤੀਕਰ ਦੇਖਿਆ, ਸਿਰਫ ਵੀਡੀਓ ਸ਼ੇਅਰ ਹੀ ਨਹੀਂ ਹੁੰਦੀ ਨਾ ਸ਼ੋਅ ਹੁੰਦੀ ਅੱਗੇ। ਜੇ ਕੋਈ ਸਾਡੇ ਪੇਜ 'ਤੇ ਜੁੜਨਾ ਚਾਹੁੰਦਾ ਕੋਈ ਨਵਾਂ ਬੰਦਾ ਜੁੜ ਹੀ ਨਹੀਂ ਸਕਦਾ, ਫੇਸਬੁੱਕ ਵਾਲਿਆਂ ਨੇ ਪੇਜ ਬਲੌਕ ਕੀਤਾ ਹੋਇਆ ਵਾ ਸਾਡਾ। ਸਾਨੂੰ ਕਰੀਬ ਸਾਲ ਹੀ ਹੋ ਗਿਆ ਇੱਕ ਇਹ ਕੋਸ਼ਿਸ਼ਾਂ ਕਰਦਿਆਂ ਨੂੰ ਵੀ ਸਾਨੂੰ ਕੋਈ ਇੱਦਾਂ ਦਾ ਬੰਦਾ ਮਿਲ ਜਾਵੇ ਜਿਹੜਾ ਸਾਨੂੰ ਫੇਸਬੁੱਕ ਦੇ ਜ਼ਰੀਏ ਥੋੜ੍ਹਾ ਜਾਗਰੂਕ ਕਰ ਦੇਵੇ। ਸਾਨੂੰ ਕੋਈ ਵੀ ਬੰਦਾ ਨਹੀਂ ਮਿਲਿਆ ਅੱਜ ਤੱਕ ਜਿਹੜਾ ਸਾਨੂੰ ਫੇਸਬੁੱਕ 'ਤੇ ਨੌਲੇਜ ਆ ਜਿਹੜੀ ਸਾਨੂੰ ਦੇਵੇ, ਜਿਹੜੇ ਅਸੀਂ ਫੇਸਬੁੱਕ ਪੇਜ ਨੂੰ ਪ੍ਰੋਪਰ ਚਲਾ ਸਕੀਏ। ਇਹ ਸਾਡੇ ਪਰਿਵਾਰ ਦੇ ਮੈਂਬਰ ਸਬਜ਼ੀਆਂ ਕੱਟ ਰਹੇ ਨੇ ਸਵੇਰ ਵਾਸਤੇ, ਜਿਹੜਾ ਸਬਜ਼ੀਆਂ ਦਾ ਜਿਹੜਾ ਪ੍ਰਸ਼ਾਦੇ ਦਾ ਇੰਤਜ਼ਾਮ ਕੀਤਾ ਜਾ ਰਿਹਾ ਵਾ। ਫੇਸਬੁੱਕ ਦੀ ਗੱਲ ਕਰਦੇ ਸੀਗੇ ਵੀ ਪੇਜ ਬਿਲਕੁਲ ਹੀ ਬਲੌਕ ਹੋਇਆ ਪਿਆ ਜੀ, ਦਿਖਦਾ ਨੀਗਾ। ਵੀਡੀਓ ਜੇ ਮੰਨ ਲਓ ਪਾਉਣੇ ਆ ਕੋਈ 2-4 ਹਜ਼ਾਰ ਬੰਦਾ ਹੀ ਦੇਖਦਾ, ਜ਼ਿਆਦਾ ਲੋਕਾਂ ਤੱਕ ਵੀਡੀਓ ਨਹੀਂ ਪਹੁੰਚ ਰਹੀ। ਇੱਕ ਤਾਂ ਸਾਡੇ ਜਿਹੜੇ ਮੈਂਬਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਉਹ ਸ਼ੇਅਰ ਜ਼ਰੂਰ ਕਰਦਿਆ ਕਰੋ। ਭੋਗ ਲਾਉਣ ਲੱਗਿਆ ਦਿਖਾਇਓ ਕੀ ਬਣਾਇਆ ਅੱਜ, ਹੁਣ ਭੋਗ ਲਵਾਉਣਾ ਜੀ, ਜਿਵੇਂ ਪ੍ਰਸ਼ਾਦੇ ਤਿਆਰ ਹੋ ਗਏ ਨੇ ਹਨਾ, ਸਬਜ਼ੀ ਤਿਆਰ ਹੋ ਗਈ ਆ। ਸਭ ਤੋਂ ਪਹਿਲਾਂ ਗੁਰੂ ਘਰ ਲਿਜਾ ਕੇ ਮੱਥਾ ਟੇਕ ਕੇ ਭੋਗ ਲਵਾ ਕੇ ਫਿਰ ਅੱਗੇ ਵਰਤਾਉਂਦੇ ਹਾਂ ਅਸੀਂ ਪ੍ਰਸ਼ਾਦਾ, ਹਨਾ। ਇਹ ਸਾਡੀ ਰੋਜ਼ ਦੀ ਦਿਨ ਚਰਿਆ ਵਾ। ਹੁਣ ਇਧਰਲੇ ਪਾਸੇ ਪ੍ਰਸ਼ਾਦਾ ਤਿਆਰ ਹੋ ਰਿਹਾ, ਗਰਮੀ ਬਹੁਤ ਜ਼ਿਆਦਾ ਵਾ, ਇਸ ਕਰਕੇ ਅਸੀਂ ਮਾਈਆਂ ਨੂੰ ਬੰਦ ਕੀਤਾ ਹੋਈਆਂ ਸਾਡੇ ਮਾਤਾਵਾਂ ਤੇ ਭੈਣ, ਸਵੇਰ ਦੇ ਟਾਈਮ ਉਹ ਨਾਲ ਲੱਗ ਕੇ ਪ੍ਰਸ਼ਾਦਾ ਤਿਆਰ ਕਰਾ ਦਿੰਦੀਆਂ, ਸ਼ਾਮ ਨੂੰ ਫਿਰ ਸਾਡੇ ਸੇਵਾਦਾਰ ਵੀਰ ਇਹ ਪ੍ਰਸ਼ਾਦਾ ਤਿਆਰ ਕਰਦੇ ਨੇ। ਜਿਹੜੇ ਵੀਰ ਠੀਕ ਹੋ ਗਏ ਨੇ ਸਾਡੇ ਨਾਲ, ਜਿਵੇਂ ਦੀਪਕ ਆ, ਇਹਨੂੰ ਗੁਲਾਮ ਬਣਾ ਕੇ ਰੱਖਿਆ ਸੀ ਗੁਜਰਾਂ ਨੇ, ਉੱਥੋਂ ਛੜਾ ਕੇ ਲਿਆਏ ਸੀ, ਹੁਣ ਵੀਰ ਪ੍ਰਸ਼ਾਦਾ ਨਾਲ ਤਿਆਰ ਕਰਾ ਦਿੰਦਾ। ਇੱਦਾਂ ਹੀ ਸਾਡੇ ਲਾਲਾ ਵਾ ਵੀਰ ਰਾਣਾ, ਫਿਰ ਪਰਲੇ ਪਾਸੇ ਗੁਲਸ਼ਨ ਬੈਠਾ, ਇੱਧਰ ਰਾਉਟੀ ਬੈਠਾ, ਜਿਹੜੇ ਅੱਟੇ ਤੋਂ ਛੜਾ ਕੇ ਲਿਆ ਕੇ ਆਉਂਦਾ ਸੀ ਵੀਰ ਨੂੰ, ਇਹ ਵੀ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਗੁਜਰਾਂ ਨੇ। ਨੈਟਵਰਕ ਉੱਡੀ ਜਾਂਦਾ ਵਾਰ ਵਾਰ ਕਾਕੇ, ਤੇ ਇਹ ਪ੍ਰਸ਼ਾਦਾ ਸਾਰੇ ਰਲ ਮਿਲ ਕੇ ਤਿਆਰ ਕਰਦੇ ਨੇ ਆਪ। ਪਰ ਦੁੱਖ ਇਸ ਗੱਲ ਦਾ ਵਾ ਵੀ ਇਹ ਵੀਡੀਓ ਬਿਲਕੁਲ ਹੀ ਸ਼ੇਅਰ ਨਹੀਂ ਹੁੰਦੀ। ਹੁਣ ਜਿਹੜੇ ਆ ਤੁਸੀਂ ਦੇਖ ਰਹੇ ਹੋ, 150 ਬੰਦਾ ਪੌਣੇ 200 ਬੰਦਾ ਦੇਖ ਰਿਹਾ ਇਸ ਟਾਈਮ, ਬਸ ਇੰਨੇ ਕੁ ਬੰਦਿਆਂ ਨੇ ਦੇਖਣੀ ਆ। ਜੇ ਤੁਸੀਂ ਸਾਰੇ ਸ਼ੇਅਰ ਕਰ ਦਿਓ ਇੱਕ ਇੱਕ ਵਾਰ ਅੱਗੇ, ਹਨਾ, ਸ਼ਾਇਦ ਕਿਸੇ ਹੋਰ ਤੱਕ ਪਹੁੰਚ ਜਾਵੇ ਉਹ ਅੱਗੇ ਸ਼ੇਅਰ ਕਰ ਦੇਵੇ, ਤਾਂ ਅੱਗੇ ਇੱਕ ਚੇਨ ਬਣ ਜਾਂਦੀ ਆ, ਅੱਗੇ ਇੱਕ ਯਾਨੀ ਕਿ ਸਾਰਿਆਂ ਤੱਕ ਪਹੁੰਚਣ ਦਾ ਇੱਕ ਜ਼ਰੀਆ ਬਣ ਜਾਂਦੀ ਆ ਇਹ। ਅਤੇ ਪਲੀਜ਼ ਸ਼ੇਅਰ ਕਰਿਆ ਕਰੋ ਆਪਣੇ ਪੇਜ ਨੂੰ, ਫੇਸਬੁੱਕ ਪੇਜ ਨੂੰ। ਗਰੋਥ ਤਾਂ ਹੀ ਹੋਊਗੀ, ਗਰੋ ਤਾਂ ਹੀ ਹੋਊਗਾ ਇਹ ਪੇਜ ਜੇ ਆਪਾਂ ਸਾਰੇ ਕੋਸ਼ਿਸ਼ ਕਰੀਏ, ਨਹੀਂ ਤਾਂ ਇਸ ਟਾਈਮ ਫੇਸਬੁੱਕ ਪੇਜ ਬਿਲਕੁਲ ਹੀ ਖਤਮ ਹੋਣ ਜਾ ਰਿਹਾ। ਅਤੇ ਕਿੱਥੇ ਕਿਹਾ ਸੀ ਖੇਡਣਾ ਮੈਂ ਤੁਹਾਨੂੰ, ਕਿੱਥੇ ਕਿਹਾ ਸੀ ਖੇਡਣ ਨੂੰ, ਇੱਧਰਲੇ ਪਾਸੇ ਹੋਸਪਿਟਲ ਦੀ ਇੱਕ ਛੋਟੀ ਜਿਹੀ ਸਾਡੀ ਕੋਸ਼ਿਸ਼ ਆ ਜੀ ਵੀ ਵਾਹਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਹੋਸਪਿਟਲ ਦੀ ਬਿਲਡਿੰਗ ਵੀ ਬਣਾ ਲਈ ਆ, ਮੰਜੇ ਮੁੰਜੇ ਵੀ ਲਾ ਲਏ ਆ, ਪਰ ਸਾਨੂੰ ਹਜੇ ਡਾਕਟਰ ਨਹੀਂ ਮਿਲਿਆ ਕੋਈ ਜਿਹੜਾ ਸਾਡੀ ਮਦਦ ਕਰ ਸਕੇ, ਤੇ ਜਿਹੜਾ ਇੱਕ ਨੇਕ ਦਿਲ ਕੋਈ ਡਾਕਟਰ ਮਿਲ ਜਾਵੇ ਜਿਹੜਾ ਸਾਡੀ ਇੱਥੇ ਆ ਕੇ ਹੈਲਪ ਕਰਿਆ ਕਰੇ। ਤੇ ਸਾਡੇ ਉਹ ਮੈਂਬਰ ਨੇ ਜਿਹੜੇ ਕ੍ਰਿਟੀਕਲ ਨੇ, ਜਿਹੜੇ ਜ਼ਿਆਦਾ ਬਿਮਾਰ ਨੇ, ਤੇ ਜਿਵੇਂ ਕਾਕੂ ਦਾਸ ਆ ਵੀਰ,
ਕਰੋਨਾ ਤੋਂ ਬਾਅਦ ਬਹੁਤ ਮਾੜੀ ਹਾਲਤ ਸੀਗਾ, ਹਜੇ ਵੀ ਠੀਕ ਨਹੀਂ ਹੋਇਆ ਇਹ ਵੀਰ। ਇੱਦਾਂ ਹੀ ਬਾਪੂ ਪ੍ਰੀਤ ਸਿੰਘ ਆ, ਇਹ ਵੀ ਬਾਪੂ ਬਹੁਤ ਢਿੱਲਾ ਸੀ, ਬਹੁਤ ਮਾੜੇ ਹਾਲਾਤ ਚ ਸੀ। ਟੱਟਾਂ ਪਿੰਡ ਦੇ ਪੁਲ ਦੇ ਥੱਲਿਓਂ ਚੱਕ ਕੇ ਲੈ ਕੇ ਆਏ ਸੀ, ਬਾਪੂ ਦੀ ਲੱਤ ਟੁੱਟੀ ਹੋਈ ਸੀ। ਗੋਗਲ ਬਾਬਾ ਜੀ ਸਾਡੇ ਕੋਲ ਅੱਖਾਂ ਤੋਂ ਬਲਾਇੰਡ ਸੀ, ਬੜੀ ਮਾੜੀ ਹਾਲਤ ਦੇ ਵਿੱਚ ਮਿਲੇ ਸੀਗੇ, ਤੇ ਹੁਣ ਬਾਪੂ ਜੀ ਠੀਕ ਨੇ, ਅੱਖਾਂ ਦੀ ਰੋਸ਼ਨੀ ਵੀ ਵਾਪਸ ਆ ਚੁੱਕੀ ਹੈ। ਇੱਦਾਂ ਹੀ ਬਾਪੂ ਸੰਤ ਸਿੰਘ ਜੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਆਏ ਸੀ, ਬਹੁਤ ਸਾਲਾਂ ਤੋਂ ਬਾਪੂ ਦਰਬਾਰ ਸਾਹਿਬ ਦੇ ਬਾਹਰ ਹੀ ਬੈਠ ਕੇ ਜ਼ਿੰਦਗੀ ਬਤੀਤ ਕਰ ਰਹੇ ਸੀ। ਤੇ ਰਾਜੂ ਦਲਜੀਤ ਸਿੰਘ ਰਾਜੂ ਕੋਚਰ ਵੀਰ ਦੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਜੀ, ਇਹਨੂੰ ਵੀਰ ਨੂੰ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਨਾਲ ਠੀਕ ਹੈ ਬਾਈ। ਇਹਦਾ ਅੱਗੇ ਵੀ ਬੇਨਤੀ ਕੀਤੀ ਸੀ, CMC ਹਸਪੀਟਲ ਚ ਬਿੱਲ ਦੇਣ ਵਾਲਾ ਵਾ, ਪੇਂਡਿੰਗ ਪਿਆ ਹੈ ਵੀਰ ਦਾ, 9.5 ਲੱਖ ਰੁਪਇਆ ਬਿੱਲ ਬਣਿਆ ਜੀ ਹਸਪਤਾਲਾਂ ਦੇ ਵਿੱਚ। ਕਰੋਨਾ ਦੇ ਵਿੱਚ ਕਰੋਨਾ ਦੀ ਚਪੇਟ ਚ ਆ ਗਿਆ ਸੀ, ਉਸ ਤੋਂ ਬਾਅਦ ਕਰੀਬ 1 ਮਹੀਨੇ ਤੋਂ 5-6 ਦਿਨ ਉੱਪਰ ਨਿਕਲ ਗਈ ਸੀ, ਦੀਪਕ ਹਸਪਤਾਲ ਚ ਦਾਖਲ ਰਿਹਾ। ਫਿਰ ਜਦੋਂ ਦੀਪਕ ਵਾਲਿਆਂ ਨੇ ਜਵਾਬ ਦੇ ਤਾ, ਕਹਿੰਦੇ ਜੀ ਇਹਦੀ ਸੇਵਾ ਹੀ ਆ, ਤੁਸੀਂ ਕਰ ਲਓ, ਫਿਰ ਅਸੀਂ ਇਹਨੂੰ CMC ਹਸਪਤਾਲ ਦਾਖਲ ਕਰਾਇਆ। ਫਿਰ CMC ਵੀਰ ਇਹ 24-25 ਦਿਨ ਵੈਂਟੀਲੇਟਰ ਤੇ ਰਿਹਾ, ਰੋਜ਼ ਦਾ 1 ਦਿਨ ਦਾ 20,000 ਰੁਪਇਆ ਉਹ ਚਾਰਜ ਕਰਦੇ ਸੀ, ਪਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਠੀਕ ਹੋ ਗਿਆ, ਛੁੱਟੀ ਮਿਲ ਗਈ ਹੈ ਵੀਰ ਨੂੰ। ਮਾਤਾ ਹਰਭਜਨ ਕੌਰ ਦਾ ਇਕਲੌਤਾ ਪੋਤਾ, ਦੋਨੇ ਮਾਂ ਪੁੱਤ ਹੀ ਸਾਡੇ ਕੋਲ ਰਹਿੰਦੇ, ਇਹਨਾਂ ਦਾ ਡੈਡੀ ਵੀ ਸਾਡੇ ਕੋਲ ਸੀਗਾ ਜਦੋਂ ਅਸੀਂ ਲੈ ਕੇ ਆਏ ਸੀ, ਉਹਦੀ ਡੈਡੀ ਦੀ ਮੌਤ ਹੋ ਗਈ ਸੀਗੀ ਆਪਣੇ 10-15 ਦਿਨਾਂ ਬਾਅਦ, ਤੇ ਇਹ ਵੀਰ ਤੇ ਇਹਦੇ ਮਾਤਾ ਜੀ ਉਹ ਸਾਡੇ ਕੋਲ ਰਹਿ ਰਹੇ ਨੇ ਦੋਨੋਂ, ਤੇ ਮਾਤਾ ਹਰਭਜਨ ਕੌਰ ਜੀ ਬਿਲਕੁਲ ਠੀਕ ਹੋ ਗਏ ਨੇ ਹੁਣ, ਉਹ ਤਾਂ ਸਾਡੇ ਨਾਲ ਸੇਵਾ ਕਰਾਉਂਦੇ ਨੇ, ਪਾਠ ਕਰਦੇ ਨੇ, ਪ੍ਰਸ਼ਾਦੇ ਦੀ ਸੇਵਾ ਕਰਾਉਂਦੇ ਨੇ। ਤੇ ਰਾਜੂ ਵੀਰ 100% ਮੈਂਟਲੀ ਡਿਸੇਬਲਡ ਆ, ਤੇ ਪਰ ਵਾਹਿਗੁਰੂ ਨੇ ਫਿਰ ਵੀ ਸੱਚੇ ਪਾਤਸ਼ਾਹ ਨੇ ਜ਼ਿੰਦਗੀ ਬਖਸ਼ਤੀ ਹੈ, ਮਾਂ ਦੀਆਂ ਅੱਖਾਂ ਦਾ ਤਾਰਾ ਵਾ ਪੁੱਤ। ਜਿੱਦਣ ਦਾ ਹਸਪਤਾਲ ਤੋਂ ਛੁੱਟੀ ਹੋ ਕੇ ਆਇਆ, ਹੁਣ ਮਾਤਾ ਨੂੰ ਵੀ ਚਿਹਰੇ ਤੇ ਰੌਣਕਾਂ, ਨਹੀਂ ਤਾਂ ਮਾਤਾ ਵੀ ਵਿਚਾਰੀ ਏਦਾਂ ਹੀ ਚੁੱਪ ਚਾਪ ਬੈਠੀ ਰਹਿੰਦੇ ਸੀਗੇ, ਫਿਰ ਦੁਬਾਰਾ ਡਿਪਰੈਸ਼ਨ ਵੱਲ ਨੂੰ ਵੱਧ ਰਹੇ ਸੀ। ਪਰ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਨੇ ਰਾਜੂ ਨੂੰ ਬਚਾ ਤਾਂ ਲਿਆ, ਪਰ ਰਾਜੂ ਬਹੁਤ ਕਮਜ਼ੋਰ ਹੋ ਗਿਆ। ਤੁਸੀਂ ਦੇਖੋ ਚਿਹਰਾ ਪਹਿਲਾਂ ਤੇ ਰਾਜੂ ਦਾ ਹੁਣ ਦਾ ਚਿਹਰਾ ਕਿੰਨਾ ਬਦਲ ਚੁੱਕਿਆ, ਤੇ ਅਰਦਾਸ ਕਰਿਓ ਰਾਜੂ ਤੰਦਰੁਸਤੀ ਭਰਿਆ ਕੇ ਜੀਵਨ ਬਤੀਤ ਕਰੇ ਆਪਣੀ ਮਾਂ ਦੀਆਂ ਅੱਖਾਂ ਦੇ ਸਾਹਮਣੇ, ਇਸੇ ਤਰ੍ਹਾਂ ਹੀ ਇਹ ਪੁੱਤ ਆ ਜਿਹੜਾ ਤਾਰੇ ਵਾਂਗ ਚਮਕਦਾ ਰਹੇ। ਤੇ ਇਹ ਸਾਡਾ ਹੋਸਪਿਟਲ ਆ ਜੀ ਛੋਟਾ ਜਿਹਾ, ਆਹ ਅਸੀਂ ਕੂਲਰ ਲਵਾਇਆ ਜੀ, ਇੱਧਰ ਇੱਧਰ ਵੀ ਗਰਮੀ ਬਹੁਤ ਸੀ ਮਰੀਜ਼ਾਂ ਨੂੰ ਆਉਂਦੀ, ਪਰ ਹਜੇ ਵੀ ਕੰਮ ਵਿੱਚ ਹੀ ਆ ਪੇਂਡਿੰਗ ਕੂਲਰ ਦਾ ਵੀ, ਹਨਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਇੱਕ ਛੋਟੀ ਜਿਹੀ ਲੈਬੋਰਟਰੀ ਤੇ ਇੱਕ ਦਵਾਈਆਂ ਦੀ ਦੁਕਾਨ ਤੇ ਹੋਰ ਸਮਾਨ ਹੋਸਪਿਟਲ ਦਾ ਲੈਣ ਵਾਲਾ ਵਾ ਹਨਾ ਕਾਫੀ, ਤੇ ਜੇ ਕੋਈ ਭੈਣ ਭਰਾ ਹੋਸਪਿਟਲ ਦੇ ਸਮਾਨ ਦੇ ਵਿੱਚ ਸਾਡੀ ਹੈਲਪ ਕਰ ਸਕਦਾ ਤਾਂ ਪਲੀਜ਼ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ। ਤੇ ਮਾਤਾ ਜੀ ਹੁਣਾਂ ਵਾਸਤੇ ਕੂਲਰ ਦੀ ਲੋੜ ਆ, ਉੱਧਰ ਗਰਮੀ ਬਹੁਤ ਜ਼ਿਆਦਾ ਵਾ। ਕਸ਼ਮੀਰਾਂ ਦਾ ਸਾਨੂੰ ਕਾਲ ਆਈ ਵੀ, ਅਸੀਂ ਵੀਡੀਓ ਸ਼ੇਅਰ ਕੀਤੀ ਸੀ ਫੇਸਬੁੱਕ ਤੇ, ਤੇ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰਕੇ ਦੱਸ ਸਕਦੇ ਹੋ ਵੀ ਜੇ ਕੋਈ ਵੀਰ ਭਰਾ ਹੈਲਪ ਕਰਨੀ ਚਾਹੁੰਦਾ ਵਾ ਨਾ ਕੂਲਰ ਦੀ ਬਾਬਤ। ਆਟੋ ਵੀ ਰਾਜੂ ਦਲਜੀਤ ਸਿੰਘ ਰਾਜੂ ਕੋਚਰ ਦੇ ਡੈਡੀ ਦਾ ਸੀਗਾ, ਉਹਨਾਂ ਨੇ ਲਿਆ ਸੀਗਾ। ਇਹਦੇ ਤੇ ਉਹ ਸਭ ਆ ਵੇਚਦੇ ਹੁੰਦੇ ਸਾਬਣ ਫਰਨੈਲ ਵਗੈਰਾ ਪੋਚੇ ਵਗੈਰਾ, ਤੇ ਦਰੰਗ ਹੋਣ ਤੋਂ ਬਾਅਦ ਘਰ ਦੇ ਵਿੱਚ ਪਏ ਸੀ, ਟੋਇਲਟ ਦੇ ਢੇਰ ਲੱਗੇ ਪਏ ਸੀ ਘਰ ਦੇ ਵਿੱਚ, ਰਾਜੂ ਆਪਣਾ ਮਲ ਮੂਤਰ ਹੀ ਖਾਣ ਨੂੰ ਮਜਬੂਰ ਸੀਗਾ। ਤੇ ਇਹ ਆਟੋ ਵੀ ਉਦੋਂ ਦਾ ਇੱਥੇ ਖੜਾ ਵਾ, ਹੁਣ ਜਿਵੇਂ ਸਾਰਿਆਂ ਨੇ ਸੈਰ ਕਰਕੇ ਬਜ਼ੁਰਗ ਜਿਹੜੇ ਬਲਾਇੰਡ ਆ ਉਹ ਇੱਥੇ ਆ ਕੇ ਬੈਠ ਗਏ ਨੇ ਪ੍ਰਸ਼ਾਦੇ ਦੀਆਂ, ਹੁਣ ਜਿੱਦਾਂ ਹੀ ਅਰਦਾਸ ਹੋਣੀ ਆ ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਸਾਰਿਆਂ ਨੇ ਪ੍ਰਸ਼ਾਦਾ ਛਕਣਾ, ਤੇ ਉੱਧਰੋਂ ਮੰਜੇ ਵਗੈਰਾ ਅੰਦਰ ਲਗਾਈ ਜਾਂਦੇ ਨੇ, ਅੱਧੇ ਕੁ ਤਾਂ ਲੱਗ ਚੁੱਕੇ ਨੇ। ਤੇ ਜਦ ਨੂੰ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਚ ਸਾਰਿਆਂ ਨੇ ਸੈਰ ਕਰਨ ਲੱਗ ਜਾਣੀ ਆ, ਤੇ ਫਿਰ ਸਾਡੇ ਵਲੰਟੀਅਰ ਆ ਜਿਹੜੇ ਉਹ ਆਪਣਾ ਮੰਜੇ ਬਿਸਤਰੇ ਲਾ ਦਿੰਦੇ ਨੇ। ਤੇ ਇੱਧਰ ਸਾਡਾ ਬਿੱਲੂ ਪਿਆ ਜੀ, ਬਿੱਲੂ ਵੀਰ ਨੂੰ ਚੰਡੀਗੜ੍ਹ ਤੋਂ ਲੈ ਕੇ ਆਏ ਸੀ, ਤੁਸੀਂ ਦੇਖਿਆ ਸੀ ਸਾਰਿਆਂ ਨੇ, ਬਿੱਲੂ ਵੀਰ ਬਲਾਇੰਡ ਅੱਖਾਂ ਤੋਂ ਬਿਲਕੁਲ ਹੀ ਦਿਖਾਈ ਨਹੀਂ ਦਿੰਦਾ ਵੀਰ ਨੂੰ, ਤੇ ਇਹ ਵਾਪਸ ਜਾਣਾ ਚਾਹੁੰਦਾ। ਵੀਰ ਕਹਿੰਦਾ ਮੇਰਾ ਜੀ ਨਹੀਂ ਲੱਗਦਾ, ਕਿਉਂਕਿ ਉੱਥੇ ਫੁੱਟਪਾਥ ਤੇ ਵੀਰ ਇਹ ਪਿਛਲੇ 5 ਸਾਲਾਂ ਤੋਂ ਰਹਿੰਦਾ ਸੀ, ਉੱਥੇ ਕੋਈ ਦਾਨੀ ਪੁਰਸ਼ ਆਉਂਦੇ ਸੀਗੇ, ਅੰਨੇ ਨੂੰ ਦਾਨ ਕਰਨ ਦੇ ਚੱਕਰ 'ਚ ਇਹਨੂੰ ਵੀਰ ਦੀਆਂ ਆਦਤਾਂ ਵਗੈਰਾ ਕੁਛ ਇੱਦਾਂ ਦੀਆਂ ਹੋ ਗਈਆਂ। ਉੱਥੇ ਚਿਕਨ ਮਟਨ ਨਾਲ ਰੋਟੀ ਖਾਂਦਾ ਸੀ, ਕਹਿੰਦਾ ਮੈਨੂੰ ਤਾਂ ਮਟਨ ਦਿਓ ਜਾਂ ਚਿਕਨ ਦਿਓ, ਮੈਂ ਤਾਂ ਇੱਥੇ ਰਹੂੰਗਾ। ਹੁਣ ਇੱਥੇ ਸਾਡੇ ਕੋਲ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਰਹਿੰਦੀ ਹੈ ਅਤੇ ਗੁਰੂ ਕਾ ਲੰਗਰ ਚੱਲਦਾ ਵਾ, ਅਤੇ ਅਸੀਂ ਇਹਨੂੰ ਵੀਰ ਨੂੰ ਕਹਿ ਦਿਓ ਵੀ ਤੂੰ 10 ਦਿਨ ਸਾਡੇ ਕੋਲ ਰਹਿ, ਵੀ ਚਲੋ ਤੇਰਾ ਸ਼ਾਇਦ ਮਨ ਬਦਲ ਜਾਵੇ। ਪਰ ਇਹ ਵੀਰ ਕਹਿੰਦਾ ਵੀ ਨਹੀਂ, ਮੈਂ ਵਾਪਸ ਉੱਥੇ ਮੈਨੂੰ ਛੱਡ ਕੇ ਆਓ, ਮੈਂ ਉੱਥੇ ਹੀ ਰਹਿਣਾ ਜਾ ਕੇ। ਜਿਹੜੇ ਪਹਿਲਾਂ ਇਹਨਾਂ ਦੀ ਹੈਲਪ ਕਰਦੇ ਸੀ ਚੰਡੀਗੜ੍ਹ 'ਚ, ਰੋਜੀ ਭੈਣ ਜੀ ਹੋਰ, ਉਹਨਾਂ ਨਾਲ ਵੀ ਅਸੀਂ ਗੱਲ ਕੀਤੀ, ਉਹਨਾਂ ਨੇ ਵੀ ਸਾਰਿਆਂ ਨੇ ਇਹੀ ਦੱਸਿਆ ਵੀ ਪਹਿਲਾਂ ਵੀ ਅਸੀਂ ਇਹਨੂੰ 2-3 ਵਾਰ ਆਸ਼ਰਮਾਂ ਦੇ ਵਿੱਚ ਭੇਜਿਆ ਸੀਗਾ, ਪਰ ਇਹ ਉੱਥੇ ਰਹਿੰਦਾ ਨੀਗਾ, ਉੱਥੇ ਜਾ ਕੇ ਫਿਰ ਇਹ ਡਿਮਾਂਡਸ
नॉन वेज दी करन लग गया अंदा जां होर उत्थे हुण फुटपाथ ते रोज़ नवे नवे बंदे मिलते सी, रोज़ नवीं नवीं खाण नूं चीज़ां, जे कोई इहनूं दान करन आउंदा सी तां उहतों इह चीज़ां मंगा लैंदा सी वी जी मैनूं चिकन लिया दो जां मटन लिया दो। पर असीं इहदी वीर नूं कहे वी इक चंगी जिंदगी, इक आराम दे बिस्तरा, मंजा, छत, चंगी आराम भरिया एक जीवन जरूर असीं तुहाडे नाल अपनी जिंदगी दा एक हिस्सा शेयर कर सकते हाँ, पर चिकन मटन जां इह दीआं चीज़ां नहीं, नशा वगैरह जां होर चीज़ां नहीं असीं दे सकते। ते वीर कहिंदा सी वी चलो उस टाइम तां साडे नाल आया सी एग्री होके, पर हुण ये वीर बिल्लू कल दा कह रहा भी मैं जाना वापस, मैनूं उत्थे छड के आओ, वापस उत्थे छड के आओ। साडी कोशिश जारी आ भी असीं इहनूं समझा सकीए, असीं इस वीर नूं ये गल समझाउण च कामयाब हो सकीए भी वीरे तूं इत्थे रहि साडे कोले, देखते हैं बाकी कर्म किस्मत आ बंदे दी है ना, कित्थे दाणा लिखिया, जिथे जिथे बंदे ने जिंदगी दे विच अपनी दे विच जाके दाणा पानी चुगना वो सब तय आ। आपां एक पुतले हाँ, उहदे वाहिगुरू दे दस्से हुए रस्ते ते चलण की कोशिश जरूर कर सकते हैं, पर वह रास्ता नहीं बदल सकते किसी की जिंदगी का। बिल्लू दीआं अखां तुसीं देख सकते हो बिल्कुल ही बंद खत्म, अंड सेवल दा 100% MA BEd पास आ बंदा, पढ़िया लिखिया पूरा, जिन्हें इहदे पुराने वाकफ आ जाणदे आ वो सारे ने यही गल इहदे विच सारे गलती कढ़दे आ वी इह बंदे ने हैल्प नहीं लै सकिया, इहदी हालत बन गई सीगी इदां ही होस्पिटल चों, उस स्कूल चों बाद यूनीवर्सिटी दे होस्टल तों बाद च इदां दी जिंदगी बतीत करदा। पर असीं अपने वल्लों कोशिश जरूर करांगे वी बिल्लू वीर साडे कोल रहि के चंगा जीवन बतीत कर सके इक, ते सच्चे पातशाह बाकी वाहिगुरू नूं पता जो इहदे कर्मां च हैगा उही होणा वा। ते बापू राम जग जी भी बड़े माड़े हालातां च अखां तों ब्लाइंड सी जदों लै के आंदा सी बापू जी नूं, अज बापू जी नूं दिखाई दिंदा वा, बापू अपनी अखां दे नाल इह रंगली दुनिया नूं देख सकदे ने, साडे लई इह बड़ी सकून देण वाली गल आ। इदां सोनू साडा देखो हुण तुरिया फिरदा बिलकुल ठीक हो गया, इह वीर दे कीड़े पए हुए सी सिर च वी अख च वी, अंतड़ियां भी इहदियां फटियां होईयां सीगियां, ते पूरी अख देखो इहदी इक चिट्टी हो गई आ। इस अख तों दिखाई दिंदा सोनू हुण तैनूं, जे वाली अंख च दिखाई दिता है, इधर वाली अंख बंद करो, इधर वाली हाथ लगा लो ऊपर, हाथ हाँ अब खोलो दूसरी अंख, हाँ देखो कितना है जी, दू है, दिखाई देने लग गया। अरे भाई इस अख तों भी इहनूं दिखण लग गया जी, देखो उस अख दे कीड़े पै गए सी, अख दा जिहड़ा डेला, छोड़ दो अख, छोड़ो छोड़ो, ये देखो वो अख का डेला भी चिट्टा करता सी विचों कीड़िया ने। पर अज परमात्मा की मेहर न सोनू वीर नूं साडे नूं दिखाई देण लग गया। उस टाइम सोनू नूं कोई सुध बुद्ध नहीं सी, ना है अपना सिर्फ ना इहने सोनू दस्सिया सीगा। सोनू पूरा नाम क्या है तुम्हारा? सोनू खन्ना है। सोनू तो मुसलमान हो के हिंदू हो क्या है? मुसलमान है ना, सोनू खान बोला था तूने ना, सोनू खान है दा वीर दा नाम। वीरे ने उहदा नाम पूरा सही दस्या नहीं सी, असीं जदों नवाउण लगे सुन्नत होई हुई सी वीर दी, ते सानूं लग्या भी ये वीर मुसलमान परिवार दे विचों आ, ते पर इत्थे साडे कोई जात नहीं, कोई धर्म नहीं, इत्थे सिर्फ ते सिर्फ इक इंसानियत दा धर्म आ। अज उस इंसानियत दे धर्म दे करके ही सोनू इधर दे, ते अज सोनू अपने पैरां ते चलण लग गया। सोनू वीर दीआं लत्तां दी मालिश हुंदी आ, लत्तां इहदीआं ना बिलकुल ही जुड़ गईआं सी, तुर नहीं हुंदा सी इहतों, गोडे हजे भी देखो पूरे सिद्धे नहीं हुंदे इहदे, पर दो टाइम मालिश हुंदी है, फिजियोथेरेपी हुंदी है, जिहदे नाल हुण इह वॉकर दे नाल चलण फिरन लग गया वा। ते बंटी मान, मान साहब इधर आओ, बंटी मान आ जी वीर, इहनूं असीं शेरगढ़ तों लै के आए सी छड़ा के, वीर नूं संगल नाल बन्निआ होइआ सी घर दे विच, ते 6 सालां तों 7 सालां तों इहदी फोटोआं पुराणीआं। ते इह वीर दे मम्मी मैंटली अपसैट सी, ब्लड दे विच इहनूं भी बीमारी मिल गई, इहनूं घरे मैंटली होण तों बाद 9वीं क्लास च पढ़दा सी, इहनूं संगल नाल बन्न दित्ता गया। उस तों बाद इहदे फादर साहब दी डैथ हो गई, उह शराब शरूब ज़्यादा पीते सी, उहने 7 किले जमीन भी इहदे चाचे ने आपदे नाँ करा ली आ, आपदियां जाणी कि 2 भरा सीगे इहदे डैडी होणी, इक इहदे ते इक इहदा चाचा ते इक इहदा डैडी। उस तों बाद उहने अपनियां भैणां दे नाँ ते जमीन चढ़ा ली, इहदे चाचे ने भैणां तों आपदे नाँ ते रजिस्ट्री करा ली, जाणी कि इक मंदबुद्धी भतीजे नूं आपदे नूं ਸਹਾਰਾ ਤਾਂ ਕੀ ਦੇਣਾ ਸੀ। ਅਸੀਂ ਹੁਣ ਡਾਕਟਰਾਂ ਨਾਲ ਗੱਲ ਕੀਤੀ ਸੀ, ਬੰਟੀ ਨੂੰ 4 ਸਾਲ ਹੋ ਗਏ ਸਾਡੇ ਕੋਲ ਰਹਿੰਦੇ ਨੂੰ, ਡਾਕਟਰ ਕਹਿੰਦੇ ਸੀ ਹੁਣ ਬੰਟੀ ਬਿਲਕੁਲ ਠੀਕ ਆ ਵੀ ਇਹਦਾ ਵਿਆਹ ਵਿਹੂ ਕਰੋ ਵੀ ਇਹ ਤਾਂ ਜੋ ਇਹ ਆਪਦੀ ਜ਼ਿੰਦਗੀ ਅੱਗੇ ਵਧਾਵੇ। ਇਕੱਲਾ ਇਕੱਲਾ ਹੀ ਮਾਂ ਪਿਓ ਦਾ ਪੁੱਤ ਸੀਗਾ, ਤੇ ਘਰ ਹੈਗਾ, ਜ਼ਮੀਨ ਹੈਗੀ ਆ, ਹੈ ਨਾ,
ਤੇ ਅਸੀਂ ਇਹਦੇ ਚਾਚੇ ਨੂੰ ਵੀ ਕਿਹਾ, ਹੋਰ ਵੀ ਰਿਸ਼ਤੇਦਾਰਾਂ ਨੂੰ ਕਿਹਾ ਵੀ ਇਹਦੀ ਮੈਰਿਜ ਕੀਤੀ ਜਾਵੇ ਹੁਣ, ਵੀ ਬੰਟੀ ਬਿਲਕੁਲ ਠੀਕ ਹੈ ਸਾਡੇ ਨਾਲ ਪੂਰੀ ਸੇਵਾ ਕਰਾਉਂਦਾ ਇੱਥੇ, ਪਰ ਉਹਨਾਂ ਨੇ ਕਿਸੇ ਨੇ ਵੀ ਬੰਟੀ ਦੀ ਬਾਂਹ ਨਹੀਂ ਫੜੀ। ਹੁਣ ਬੰਟੀ ਨੂੰ ਸਹਾਰਾ ਤਾਂ ਕੀ ਦੇਣਾ ਸੀ ਉਹਨਾਂ ਨੇ, ਤੇ ਬੰਟੀ ਨੂੰ ਉਲਟਾ ਜਿਹੜਾ ਬੰਟੀ ਦਾ ਹਿੱਸਾ ਸੀ ਜ਼ਮੀਨ ਜਾਇਦਾਦ ਦਾ, ਤੇ ਉਹ ਵੀ ਉਹਨਾਂ ਨੇ ਖੁਰਦ ਬੁਰਦ ਕਰਤਾ। ਆਹ ਤੁਸੀਂ ਦੇਖੋ ਜਦੋਂ ਅਸੀਂ ਬੰਟੀ ਨੂੰ ਲੈ ਕੇ ਆਏ ਸੀਗੇ, ਉਸ ਟਾਈਮ ਦੀ ਤਸਵੀਰ ਆ, ਉਦੋਂ ਬੰਟੀ ਦੇ ਗਿੱਟੇ ਨੂੰ ਇੱਦਾਂ ਸੰਗਲ ਲੱਗਿਆ ਹੋਇਆ ਸੀਗਾ ਜੀ, ਆਹ ਬੰਟੀ ਦੇ ਸੰਗਲ ਲਾ ਕੇ ਗਿੱਟੇ ਨੂੰ ਥੰਬਲੇ ਨੂੰ ਬੰਨਿਆ ਹੋਇਆ ਸੀ ਬੰਟੀ, ਤੇ ਆ ਉਸ ਟਾਈਮ ਦੀ ਮੇਰੀ ਤਸਵੀਰ ਆ ਜੀ। ਸ਼ੇਰਗੜ੍ਹ ਤੋਂ ਲੈ ਕੇ ਆਏ ਸੀ ਬੰਟੀ ਨੂੰ ਅਸੀਂ, ਤੇ ਅੱਜ ਬੰਟੀ ਵੀਰ ਸਾਡਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ, ਤੇ ਉਦੋਂ ਦੇ ਹਾਲਾਤ ਤੇ ਅੱਜ ਦੇ ਹਾਲਾਤਾਂ ਦੇ ਵਿੱਚ ਕਿੰਨਾ ਫਰਕ ਪਿਆ ਹੋਇਆ। ਪਰ ਦੁੱਖ ਇਸ ਗੱਲ ਦਾ ਵਾ ਵੀ ਪਿੱਛੇ ਪਰਿਵਾਰ ਨਹੀਂ ਸਾਥ ਦੇ ਰਿਹਾ ਕੋਈ ਖੜਨ ਵਾਲਾ ਨਹੀਂ ਨਾਲ, ਜਿਹਦੇ ਕਰਕੇ ਸਾਡਾ ਬੰਟੀ ਵੀਰ ਦਾ ਦਿਮਾਗੀ ਸੰਤੁਲਨ ਠੀਕ ਹੋਣ ਦੇ ਬਾਵਜੂਦ ਵੀ ਕਿਸੇ ਕੰਮ ਨਹੀਂ ਆ ਰਿਹਾ। ਆਹ ਬੰਨਣ ਤੋਂ ਪਹਿਲਾਂ ਦੀ ਤਸਵੀਰ ਆ ਬੰਟੀ ਦੀ, ਜਦੋਂ 9ਵੀਂ ਕਲਾਸ 'ਚ ਬੰਟੀ ਪੜ੍ਹਦਾ ਸੀਗਾ। ਦੇਖੋ ਇੱਕ ਆਮ ਨੌਜਵਾਨ ਸੀ, ਐਨ ਬਾਲ ਬੂਲ ਤਾਂ ਨੂੰ ਖੜੇ ਕਰਕੇ ਰੱਖਦਾ ਸੀ, ਪੂਰਾ ਸੋਹਣਾ ਸੁਨੱਖਾ ਸੀ, ਟਰੈਕਟਰ ਚਲਾਉਂਦਾ ਸੀ, ਸਾਰਾ ਕੁਛ ਕਰਦਾ ਸੀ। ਪਰ ਜਦੋਂ ਇਹ 9ਵੀਂ ਕਲਾਸ 'ਚੋਂ 10ਵੀਂ 'ਚ ਹੋਣ ਲੱਗਿਆ ਤਾਂ ਇਹਨੂੰ ਦਿਮਾਗੀ ਦੌਰਾ ਪੈ ਗਿਆ। ਉਸ ਤੋਂ ਬਾਅਦ ਇਹ ਮੈਂਟਲੀ ਅਪਸੈਟ ਹੋ ਗਿਆ ਵੀਰ, ਕਿਉਂਕਿ ਇਹਨੂੰ ਬਲੱਡ ਦੇ ਵਿੱਚ ਮਿਲੀ ਸੀ ਬਿਮਾਰੀ, ਇਹਦੇ ਮਦਰ ਨੂੰ ਵੀ ਸੀਗੀ। ਇੱਦਾਂ ਇਹਦੇ ਗਿੱਟੇ ਨੂੰ ਸੰਗਲ ਲਾ ਕੇ ਜਿੰਦਾ ਲਾਇਆ ਹੁੰਦਾ ਸੀ, ਅਤੇ ਇਹਦਾ ਗਿੱਟਾ ਦੇਖੋ ਕਿੱਦਾਂ ਉਹਦੀ ਚਮੜੀ ਚੁੰਬੜੀ ਉੱਧੜੀ ਪਈ ਸੀਗੀ ਸੰਗਲ ਦੇ ਨਾਲ। ਅਤੇ ਅੱਜ ਉਹੀ ਬੰਟੀ ਤੁਹਾਡੇ ਸਾਹਮਣੇ ਖੜਾ, ਅਤੇ ਪਰ ਕਿੰਨਾ ਕੁ ਟਾਈਮ ਬੰਦਾ ਸਰਵਾਈਵ ਕਰ ਸਕਦਾ ਹੈ ਨਾ, ਜਦੋਂ ਕੋਈ ਪਿੱਛੇ ਆਉਣ ਵਾਲਾ ਨਹੀਂ, ਕੋਈ ਸਾਥ ਦੇਣ ਵਾਲਾ ਨਹੀਂ ਰਹਿ ਗਿਆ, ਅਤੇ ਫਿਰ ਪਰਿਵਾਰ ਵੀ ਕੀ ਕਰੂਗਾ, ਸੋਰੀ ਇੱਥੇ ਬੰਦਾ ਇਕੱਲਾ ਵੀ ਕੀ ਕਰੂਗਾ। ਇਹਦੇ ਉਹਦੇ ਸੰਗਲ ਖੋਲਿਆ ਸੀ ਜਦੋਂ, ਉਦੋਂ ਦੀ ਆਰੀ ਨਾਲ ਵੱਢ ਕੇ ਸੰਗਲ ਅਸੀਂ ਬੰਟੀ ਨੂੰ ਉੱਥੋਂ ਲੈ ਕੇ ਆਏ ਸੀਗੇ, ਆਏ ਦੇ ਗਿੱਟੇ ਤੋਂ ਲਾਇਆ ਸੰਗਲ ਸੀ ਜਿਹੜਾ, ਉਹਦੀਆਂ ਤਸਵੀਰਾਂ ਉਸ ਟਾਈਮ ਦੀਆਂ। ਅਤੇ ਇਹਦੀ ਵੀਰ ਦੀ ਜ਼ਮੀਨ ਆ ਜਿਹੜੀ ਮੁਕਤਸਰ ਏਰੀਏ ਦੇ ਵਿੱਚ ਆਉਂਦੀ ਹੈ, ਸ਼ੇਰਗੜ੍ਹ ਪਿੰਡ ਆ, ਅਤੇ ਜੇ ਕੋਈ ਵੀਰ ਭਰਾ ਸਾਡੀ ਮਦਦ ਕਰ ਸਕਦਾ ਉੱਥੇ ਸਾਡੀ ਮਦਦ ਵੀ ਕਰੋ, ਤਾਂ ਜੋ ਇਹਦੇ ਚਾਚੇ ਨਾਲ ਗੱਲ ਕੀਤੀ ਜਾਵੇ, ਇਹਦੀਆਂ ਭੂਆ ਨਾਲ ਗੱਲ ਕੀਤੀ ਜਾਵੇ ਵੀ ਭਰਾਵੋ ਇਹਦਾ ਸਾਥ ਦਿਓ, ਨਾ ਕਿ ਇਹਨੂੰ ਇਹਦੀ ਜ਼ਮੀਨ ਨੂੰ ਖੁਰਦ ਬਰਦ ਕਰ ਦਿਓ। ਅਸੀਂ ਕੋਈ ਵੀ ਮੈਂਬਰ ਲੈ ਕੇ ਆਉਂਦੇ ਹਾਂ, ਉਹਦੇ ਅਸੀਂ ਪੰਚਾਇਤ ਨੂੰ ਲਿਖ ਕੇ ਦੇ ਕੇ ਆਉਂਦੇ ਹਾਂ ਵੀ ਅਸੀਂ ਕਿਸੇ ਦੀ ਪ੍ਰੋਪਰਟੀ ਨਹੀਂ ਕਲੇਮ ਕਰਨੀ, ਅਸੀਂ ਸਿਰਫ ਅਤੇ ਸਿਰਫ ਬੰਦੇ ਦੀ ਸੇਵਾ ਕਰਨੀ ਆ, ਅਤੇ ਅਸੀਂ ਪ੍ਰੋਪਰਟੀ ਵਾਲੇ ਮਸਲੇ 'ਚ ਕਿਸੇ ਦੇ ਮਦਦ ਨਹੀਂ ਕਰ ਸਕਦੇ, ਕਿਉਂਕਿ ਸਾਨੂੰ ਮਹਾਰਾਜ ਨੇ ਸੇਵਾ ਜਿਹੜੀ ਬਖਸ਼ੀ, ਅਸੀਂ ਸੇਵਾ ਹੀ ਕਰਨੀ ਚਾਹੁੰਦੇ ਹਾਂ, ਇਸ ਕਰਕੇ ਅਸੀਂ ਇਸ ਕੰਮ 'ਚ ਨਹੀਂ ਮਦਦ ਕਰ ਸਕਦੇ। ਪਰ ਜੇ ਕੋਈ ਭੈਣ ਭਰਾ ਮਦਦ ਕਰ ਸਕਦਾ ਉਸ ਏਰੀਏ ਦਾ, ਮੁਕਤਸਰ ਏਰੀਏ ਦਾ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ, ਤਾਂ ਜੋ ਬੰਟੀ ਵੀਰ ਦਾ ਸਾਡੇ ਦਾ ਬਣਦਾ ਜਿਹੜਾ ਹੱਕ ਆ ਉਹ ਬੰਟੀ ਨੂੰ ਦਵਾ ਸਕੀਏ। ਅਤੇ ਆ ਬੰਟੀ ਦੇ ਘਰ ਦੇ ਵਿੱਚ ਉਦੋਂ ਬੰਟੀ ਬੰਨਿਆ ਹੋਇਆ ਸੀ ਜਦੋਂ ਲੈ ਕੇ ਆਏ ਸੀਗੇ ਅਸੀਂ ਇਹਨੂੰ, ਸੰਗਲ ਇਹਦੇ ਗਿੱਟੇ ਨੂੰ ਲੱਗਿਆ ਹੋਇਆ ਸੀਗਾ, ਅਤੇ ਇਹਦਾ ਗਿੱਟਾ ਇਸ ਤਰ੍ਹਾਂ ਛਿੱਲਿਆ ਪਿਆ ਸੀ ਸੰਗਲ ਨੇ, ਅਤੇ ਅੱਜ ਉਹੀ ਬੰਟੀ ਤੁਹਾਡੇ ਅੱਖਾਂ ਦੇ ਸਾਹਮਣੇ ਖੜਾ, ਚੰਗਾ ਵਧੀਆ ਤੰਦਰੁਸਤ ਹੋ ਗਿਆ ਵੀਰ ਸਾਡਾ। ਇਹਦਾ ਦਲੀਪ ਕਹਿੰਦੇ ਹੋ ਬਾਈ, ਆਹ ਦਲੀਪ ਆ, ਪ੍ਰਸ਼ਾਦੇ ਦੀ ਸੇਵਾ ਇਹ ਕਰਦਾ ਵੀਰ, ਇਹਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਸੀ। ਇਹ ਹਰਿੰਦਰ ਆ ਵੀਰ, ਪ੍ਰਸ਼ਾਦੇ ਦੀ ਸਾਰੀ ਜ਼ਿੰਮੇਵਾਰੀ ਹਰਿੰਦਰ ਦੀ ਆ। ਦੇਖੋ ਟੇਬਲ ਸਾਫ਼ ਕਰ ਰਿਹਾ ਹੁਣ, ਟੇਬਲਾਂ ਦੇ ਉੱਪਰ ਸਾਰੇ ਕੱਪੜਾ ਮਾਰ ਕੇ ਜਨ ਨੂੰ ਅਰਦਾਸ ਕਰਕੇ ਪਾਠ 'ਚ ਫ੍ਰੀ ਹੋ ਕੇ ਸਾਰਿਆਂ ਨੇ ਆਉਣਾ, ਜਦ ਤੱਕ ਪ੍ਰਸ਼ਾਦੇ ਦੀ ਪੂਰੀ ਤਿਆਰੀ ਕਰ ਲੈਣੀ ਇਹਨੇ ਵੀਰ ਨੇ। ਅਤੇ ਇਹਦਾ ਵੀ ਹਰਿੰਦਰ ਹੱਥ ਦਿਖਾਈ, ਅਤੇ ਆਹ ਦੇਖੋ ਹਰਿੰਦਰ ਦੇ ਹੱਥ 'ਚ ਵੀ ਕਿਸੇ ਟਾਈਮ ਕੀੜੇ ਪਏ ਸੀਗੇ, ਇੱਕ ਅੰਗੂਠਾ ਪੂਰਾ ਕੀੜਿਆਂ ਨੇ ਖਾ ਲਿਆ, ਹੱਥ ਦੀਆਂ 4 ਉਂਗਲਾਂ ਰਹਿ ਗਈਆਂ। ਪਰ ਅੱਜ ਇਹ ਵੀਰ ਠੀਕ ਹੋਣ ਤੋਂ ਬਾਅਦ ਸਾਡੇ ਨਾਲ ਸੇਵਾ ਕਰਾ ਰਿਹਾ। ਇੱਦਾਂ ਹੀ ਦਲੀਪ ਆ, ਦਲੀਪ ਦੇ ਸਿਰ 'ਚ ਕੀੜੇ ਪਏ ਹੋਏ ਸੀ ਵੀਰ ਦੇ, ਪੂਰੇ ਸਿਰ ਦੀ ਜਿਹੜੀ ਖੋਪੜੀ ਆ ਵਿੱਚੋਂ ਚਿੱਟੀ ਚਿੱਟੀ ਕੀੜਿਆਂ ਨੇ ਖਾ ਲਈ ਸੀ ਵਿੱਚੋਂ ਸਾਰੀ, ਅਤੇ ਅੱਜ ਪਰ ਫਿਰ ਵੀ ਵੀਰ ਨੇ ਹਿੰਮਤ ਨਹੀਂ ਹਾਰੀ, ਜਿੱਦਣ ਦਾ ਇਹ ਠੀਕ ਹੋਇਆ ਵੀਰ ਉਦਣ ਦਾ ਹੀ ਸਾਡੇ ਨਾਲ ਸੇਵਾ ਕਰਾ ਰਿਹਾ ਵੀਰ। ਅਤੇ ਤੁਹਾਡੀਆਂ ਦੁਆਵਾਂ ਅਤੇ ਤੁਹਾਡੀਆਂ ਅਰਦਾਸਾਂ ਕਰਕੇ ਹੀ ਆ, ਕਿਉਂਕਿ ਦਲੀਪ ਨੂੰ ਤਾਂ ਡਾਕਟਰਾਂ ਨੇ ਇਹ ਗੱਲ ਕਹੀ ਸੀ ਵੀ ਇਹਦਾ ਆਪਰੇਸ਼ਨ ਹੋਣਾ ਵਾ, ਇਹਦੇ ਛਾਤੀ ਦੇ ਵਿੱਚੋਂ ਮਾਸ ਕੱਢ ਕੇ ਇਹਦੇ ਸਿਰ ਦੇ ਵਿੱਚ ਆਪਰੇਸ਼ਨ ਕਰਨਾ ਪੈਣਾ। 3 ਡਾਕਟਰਾਂ ਨੇ ਰਲ ਕੇ ਆਪਰੇਸ਼ਨ ਕਰਨਾ ਸੀ, ਇੱਕ ਚੈਸਟ ਵਾਲਾ ਡਾਕਟਰ, ਇੱਕ ਸਕਿਨ ਵਾਲਾ ਜਿਹੜਾ ਮੰਨ ਲਓ ਸਿਰ ਵਾਲਾ ਡਾਕਟਰ ਨੇਰੋ ਦਾ, ਅਤੇ ਇੱਕ ਸਰਜਨ ਜਿਹਨੇ ਮਾਸ ਲਾਉਣਾ ਸੀ। ਪਰ ਵਾਹਿਗੁਰੂ ਦੀ ਐਡੀ ਕਿਰਪਾ, ਉਸ ਟਾਈਮ ਇਹਦੇ 'ਚ ਖੂਨ ਦੀ ਘਾਟ ਸੀ, ਛੁੱਟੀ ਕਰਾ ਲਿਆ ਸੀ ਅਸੀਂ ਹਸਪਤਾਲ ਤੋਂ, ਅਸੀਂ ਕਿਹਾ ਵੀ ਥੋੜ੍ਹਾ ਦੇਰ ਤਕੜਾ ਹੋ ਗਿਆ ਉਦੋਂ ਆਪਰੇਸ਼ਨ ਕਰਾਵਾਂਗੇ। ਪਰ ਹੁਣ ਪੱਟੀਆਂ ਕਰ ਕਰਕੇ ਹੀ ਉਹ ਸਾਰਾ ਸਿਰ ਠੀਕ ਹੋ ਗਿਆ, ਹੁਣ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ। ਦੇਖੋ ਸਿਰ 'ਚ ਇਹਦੇ ਪੱਟੀ ਹੋਈ ਹੋਈ ਆ, ਇੰਨਾ ਕੁ ਛੋਟਾ ਜਿਹਾ ਥਾਂ ਰਹਿ ਗਿਆ ਇੰਨਾ ਕੁ ਬਸ, ਬਾਕੀ ਸਾਰਾ ਜ਼ਖਮ ਬਿਲਕੁਲ ਠੀਕ ਹੋ ਗਿਆ। ਜਿੱਥੇ ਡਾਕਟਰ ਕਹਿੰਦੇ ਸੀ ਵੀ 3 ਡਾਕਟਰ ਰਲ ਕੇ ਆਪਰੇਸ਼ਨ ਕਰਨਗੇ, ਛਾਤੀ 'ਚੋਂ ਮਾਸ ਕੱਢ ਕੇ ਸਿਰ 'ਚ ਲਾਉਣਗੇ, ਅਤੇ ਉਹ ਲੋੜ ਹੀ ਨਹੀਂ ਪਈ ਵਾਹਿਗੁਰੂ ਦੀ ਮਿਹਰ ਨਾਲ, ਅਤੇ ਦਲੀਪ ਤੁਹਾਡੀਆਂ ਦਵਾਵਾਂ ਅਤੇ ਅਰਦਾਸਾਂ ਦੇ ਸਦਕਾ ਹੀ ਠੀਕ ਹੋ ਗਿਆ, ਅਤੇ ਆਪਰੇਸ਼ਨ ਕਰਾਉਣ ਦੀ ਵੀ ਲੋੜ ਨਹੀਂ ਪਈ। ਜਿਹੜੀ ਸਕਿਨ ਡਾਕਟਰਾਂ ਨੇ ਛਾਤੀ 'ਚੋਂ ਕੱਢ ਕੇ ਲਾਉਣੀ ਸੀਗੀ ਉਹ ਸਕਿਨ ਦੀ ਲੋੜ ਹੀ ਨਹੀਂ ਪਈ ਹੁਣ।
ਤੇ ਉਸ ਟਾਈਮ ਜਦੋਂ ਦਲੀਪ ਮਿਲਿਆ ਸੀਗਾ ਸਾਨੂੰ ਉਦੋਂ ਦਲੀਪ ਦੇ ਆਹ ਹਾਲਾਤ ਸੀ। ਅਸੀਂ ਤੁਹਾਨੂੰ ਹੁਣ ਉਹ ਕੀੜਿਆਂ ਵਾਲੀ ਤਸਵੀਰ ਨਹੀਂ ਦਿਖਾ ਸਕਦੇ ਤੇ ਨਹੀਂ ਤਾਂ ਫੇਸਬੁੱਕ ਵਾਲਿਆਂ ਨੇ ਸਾਡੀ ਜਿਹੜੀ ਵੀਡੀਓ ਹੈ ਨਾ ਉਹੀ ਡਿਲੀਟ ਕਰ ਦੇਣੀ ਆ। ਪਰ ਦਲੀਪ ਦੇ ਚਿਹਰੇ ਵੱਲ ਉਦੋਂ ਵਾਲਾ ਚਿਹਰਾ ਸਿੱਟ ਜਟਾਵਾਂ ਦੇ ਕੀੜੇ ਤੇ ਅੱਜ ਦਾ ਚਿਹਰਾ ਤੁਸੀਂ ਦੇਖ ਸਕਦੇ ਹੋ। ਦਲੀਪ ਬਿਲਕੁਲ ਫਿੱਟ ਆ, ਤੰਦਰੁਸਤ ਆ, ਪੂਰੀ ਸੇਵਾ ਕਰਦਾ। ਹੋਰ ਦਲੀਪ ਕੈਸੇ ਹੋ? ਠੀਕ ਹੋ? ਖੁਸ਼ ਹੋ? ਸਿਰ ਠੀਕ ਹੈ ਆਪ ਤੁਹਾਰਾ? ਜ਼ਖਮ ਜ਼ੁਖਮ ਠੀਕ ਹੋ ਰਹਾ ਹੈ? ਯਹਾਂ ਪੇ ਖੁਸ਼ ਹੋ? ਦਿੱਕਤ ਤੋ ਨਹੀਂ ਹੈ ਕੋਈ? ਸਭ ਠੀਕ ਠਾਕ ਹੈ? ਸਭ ਠੀਕ ਠਾਕ ਆ ਬੰਟੀ, ਇਹ ਵੀਰ ਸਾਡਾ ਦਲੀਪ ਕਹਿੰਦਾ। ਯਾਨੀ ਕਿ ਵਕਤ ਵੱਡੇ ਵੱਡੇ ਜ਼ਖਮ ਭਰ ਦਿੰਦਾ, ਪਰ ਤੁਹਾਡੀਆਂ ਦੁਆਵਾਂ ਵਾ ਜਿਹੜੀਆਂ ਉਹ ਜਿਹੜੀ ਕਹਿੰਦੀ ਮੁਰਦਿਆਂ 'ਚ ਵੀ ਜਾਨ ਫੂਕ ਦਿੰਦੀਆਂ। ਅਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਅਰਦਾਸ ਜ਼ਰੂਰ ਕਰਿਆ ਕਰੋ ਸਾਡੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੀ, ਚੜ੍ਹਦੀ ਕਲਾ ਵਾਸਤੇ। ਸੋਨੂੰ ਆ ਵੀਰ ਸਾਡਾ, ਦੇਖੋ ਤੁਰਨ ਲੱਗ ਗਿਆ, ਆਪਣੇ ਪੈਰਾਂ ਸਿਰ ਹੋ ਗਿਆ, ਪਹਿਲਾਂ ਚੱਲ ਨਹੀਂ ਸਕਦਾ ਸੀ, ਅੱਜ ਤੁਹਾਡੀਆਂ ਦੁਆਵਾਂ ਅਤੇ ਅਰਦਾਸਾਂ ਨਾਲ ਬੱਚਾ ਤੁਰਨ ਫਿਰਨ ਲੱਗ ਗਿਆ। ਇੱਧਰ ਸਾਡੇ ਵਲੰਟੀਅਰ ਆ ਜਿਹੜੇ ਵਾਲੀਬਾਲ ਖੇਡ ਰਹੇ ਨੇ ਨਾਲ ਬੱਚੇ ਸਾਡੇ ਸਾਰੇ। ਉਰਖ ਬਾ ਕੇ ਸ਼ਾਰਦਾ ਮਨ ਕੇ ਪੂਰੇ ਇੱਧਰ ਹੁਣ ਕੱਲ ਵਾਸਤੇ ਜਿਹੜੇ ਕੱਪੜੇ ਆ ਉਹਨਾਂ ਦੀ ਛਾਂਟੀ ਕੀਤੀ ਜਾ ਰਹੀ ਆ। ਕੱਲ ਨੂੰ ਸੁਖਮਨੀ ਸਾਹਿਬ ਦਾ ਪਾਠ ਆ, ਗਿਆਨੀ ਬਿਕਰਮਜੀਤ ਸਿੰਘ ਦੀ, ਜਿਹੜਾ ਵੀਰ ਤੁਸੀਂ ਦੇਖਿਆ ਨਾ ਬੜੀ ਛੋਟੀ ਉਮਰ ਦੇ ਵਿੱਚ ਬੜੀ ਮਿੱਠੀ ਬਾਣੀ ਪੜ੍ਹਦਾ ਬਿਕਰਮਜੀਤ ਸਿੰਘ, ਉਹ ਵੀਰ ਆ ਰਿਹਾ ਕੱਲ ਨੂੰ। ਕਿਸੇ ਵੀਰ ਆ ਉੱਧਰ ਸਾਡੇ ਟੀਮ ਦੇ ਮੈਂਬਰ ਆ, ਉਹਨਾਂ ਨੇ ਇੱਥੇ ਲੈ ਕੇ ਆਉਣਾ ਨਾਲ। ਅਤੇ ਕੱਲ੍ਹ ਵਾਸਤੇ ਕੱਪੜਿਆਂ ਦੀ ਤਿਆਰੀ, ਸਾਰੇ ਕੁੜਤੇ ਪਜਾਮੇ ਪ੍ਰੈਸ ਹੋ ਗਏ ਕੱਲ੍ਹ ਵਾਸਤੇ? ਗੁਰਪ੍ਰੀਤ ਦਾ ਵੀਰ ਸਾਡਾ ਅੱਖਾਂ ਤੋਂ ਬਲਾਇੰਡ ਸੀ, ਦਿਖਦਾ ਨਹੀਂ ਸੀ ਜਦੋਂ ਸਾਨੂੰ ਮਿਲਿਆ ਸੀ ਵੀਰ ਇਹ। ਅਤੇ ਅੱਜ ਇਹ ਵੀਰ ਸਾਰਿਆਂ ਦੇ ਕੱਪੜੇ ਦੇਖੋ ਇੱਦਾਂ ਬਾਏ ਨੇਮ ਲਿਖ ਲਿਖ ਕੇ ਇਕੱਠੇ ਕਰ ਕਰਕੇ ਰੱਖੀ ਜਾਂਦਾ ਵਾ। ਇਹ ਆਮ ਜਦੋਂ ਘਰ 'ਚ ਪਾਉਣ ਵਾਲੇ ਟੀ ਸ਼ਰਟਾਂ ਅਤੇ ਲੋਅਰ ਆ, ਹਰੇਕ ਦੇ ਉੱਪਰ ਨਾਮ ਲਿਖਿਆ ਹੋਇਆ। ਅਤੇ ਇਸੇ ਤਰ੍ਹਾਂ ਹੀ ਜਿਹੜੇ ਕੁੜਤੇ ਪਜਾਮੇ ਆ, ਸੋਢੀ ਸਾਹਿਬ ਸਾਡੇ ਪ੍ਰੈਸ ਕਰਦੇ ਨੇ। ਸੋਢੀ ਸਾਹਿਬ ਦਿਖਾਇਓ ਪ੍ਰੈਸ ਕਿੱਥੇ ਰੱਖਿਆ ਕਰਕੇ ਇਹਦੇ 'ਚ ਬੋਲਿਓ। ਸੋਢੀ ਬਾਈ ਵੀ ਸਾਨੂੰ ਬਹੁਤ ਮਾੜੀ ਹਾਲਤ 'ਚ ਮਿਲਿਆ ਸੀਗਾ, ਦੇਖੋ ਸਾਰੇ ਕੁੜਤੇ ਪਜਾਮੇ ਪ੍ਰੈਸ ਕਰ ਕਰਕੇ। ਬਾਏ ਨੇਮ ਚਰਨਜੀ ਲਾਲ ਬਾਪੂ, ਮਹਿੰਦਰਪਾਲ ਬਾਪੂ, ਹਰੇਕ ਬੰਦੇ ਦੇ ਕੁੜਤੇ ਪਜਾਮੇ, ਅਸ਼ੋਕ ਬੰਟੀ ਸਾਰਿਆਂ ਦੇ ਕੁੜਤੇ ਪਜਾਮੇ ਪ੍ਰੈਸ ਕਰ ਕਰਕੇ ਰੱਖੇ ਪਏ ਆ, ਤਾਂ ਜੋ ਕੱਲ੍ਹ ਨੂੰ ਅਸੀਂ ਜਦੋਂ ਸਵੇਰਿਓ ਇਸ਼ਨਾਨ ਕਰਾਵਾਂਗੇ ਅਤੇ ਨਾਲ ਦੀ ਨਾਲ ਹੀ ਇਹ ਕੱਪੜੇ ਆ ਜਿਹੜੇ ਸਾਰਿਆਂ ਦੇ ਪ੍ਰੈਸ ਕਰ ਕਰਕੇ ਨਾਲ ਦੀ ਨਾਲ ਹੀ ਪਵਾਏ ਜਾਣਗੇ। ਅਤੇ ਸੋਢੀ ਸਾਹਿਬ, ਸੋਢੀ ਸਾਹਿਬ ਠੀਕ ਹੋ ਹੁਣ ਤੁਸੀਂ? ਕਿਵੇਂ ਆ, ਸਿਹਤ ਠੀਕ ਰਹਿੰਦੀ ਆ? ਖੁਸ਼ ਹੋ? ਜਦੋਂ ਸਵੇਰੇ ਕੱਪੜੇ ਕੁੱਪੜੇ ਪ੍ਰੈਸ ਕਰਦੇ ਹੋ ਜਾਂ ਹੋਰ ਖੁਸ਼ ਰਹਿੰਦੇ ਹੋ, ਕੋਈ ਦਿੱਕਤ ਤਾਂ ਨਹੀਂ ਆਉਂਦੀ? ਕੰਮ ਕਰਨ 'ਚ ਕੋਈ ਤਕਲੀਫ ਤਾਂ ਨਹੀਂ? ਵਾਹ ਜੀ ਵਾਹ, ਕੰਮ ਕਾਰ ਤਾਂ ਕਹਿੰਦੇ ਬਹੁਤ ਕਰਿਆ ਨਾ ਥਾਂ ਨਾ ਪਹਿਲਾਂ। ਸੋਢੀ ਸਾਹਿਬ ਤੁਸੀਂ ਇਹੀ ਕੰਮ ਕਰਦੇ ਹੁੰਦੇ ਸੀਗੇ, ਟੇਲਰ ਸੀਗੇ ਟੇਲਰ? ਸੋਢੀ ਬਾਈ ਸਾਨੂੰ ਆਹ ਹਾਲਾਤ 'ਚ ਮਿਲਿਆ ਸੀਗਾ ਜੀ, ਇਹ ਆਹ ਹਾਲਾਤ 'ਚ ਅੱਜ ਦਾ ਸੋਢੀ ਤੇ ਉਸ ਦਿਨ ਦਾ ਸੋਢੀ ਤੁਸੀਂ ਦੇਖੋ। ਸਿਰ 'ਚ ਜਟਾਵਾਂ ਸੀ ਤੇ ਸਰੀਰ ਦੇ ਉੱਪਰ ਤੇੜ ਤੇ ਕੋਈ ਕੱਪੜਾ ਨਹੀਂ ਸੀਗਾ, ਇੱਕ ਆਹ ਕੱਪੜਾ ਗੰਦਾ ਜਿਹਾ ਲਪੇਟਿਆ ਹੋਇਆ ਤੇ ਸਿਰ 'ਚ ਇੰਨੀਆਂ ਜਟਾਵਾਂ ਦੇ ਗੁੱਛੇ ਬਣੇ ਹੋਏ ਸੀ ਤੇ ਲੋਕ ਇਹਨੂੰ ਮੱਥਾ ਟੇਕਣ ਲੱਗ ਗਏ ਸੀ ਵੀ ਇਹ ਬਾਬਾ ਵਾ। ਆਹ ਦੇਖੋ ਆਹ ਸਰੀਰ ਦੇ ਉੱਤੇ ਇਹਦੇ ਤਨ ਤੇ ਉੱਪਰ ਕੱਪੜੇ ਸੀਗੇ, ਅਰਧ ਨਗਨ ਹਾਲਤ ਦੇ ਵਿੱਚ ਇਹ ਵੀਰ ਘੁੰਮਦਾ ਸੀ। ਸਾਡੀ ਮੇਰੀ ਤੇ ਵੀਰਿੰਦਰ ਦੀ ਇਕੱਠਿਆਂ ਦੀ ਇਹ ਆਖਰੀ ਸੇਵਾ ਸੀ ਸਾਡੀ। ਆਹ ਵੀਰਿੰਦਰ ਛੋਟਾ ਭਰਾ ਮੇਰਾ ਇਸ ਦੁਨੀਆਂ ਨੂੰ ਛੱਡ ਕੇ ਜਾ ਚੁੱਕਿਆ ਵਾ, ਐਕਸੀਡੈਂਟ ਹੋ ਗਿਆ, ਮੇਰੀ ਤਸਵੀਰ ਆ ਉਦੋਂ ਦੀ, ਉਦੋਂ ਆਹ ਚਿਹਰਾ ਮੋਹਰਾ ਸੀਗਾ। ਇਹ 2017 ਦੀ ਤਸਵੀਰ ਆ, ਫਰਵਰੀ ਦੀ ਸ਼ਾਇਦ ਹੋਊ, ਜਨਵਰੀ ਫਰਵਰੀ। ਤੇ ਅੱਜ ਸੋਢੀ ਸਾਹਿਬ ਸਾਡੇ ਨਾਲ ਸੇਵਾ ਕਰਾਉਂਦੇ ਨੇ, ਚੜ੍ਹਦੀ ਕਲਾ ਦੇ ਵਿੱਚ ਜੀਵਨ ਬਤੀਤ ਕਰਦੇ ਨੇ। ਤੇ ਬਸ ਇੰਨੀ ਕੀ ਬੇਨਤੀ ਹੈ ਜੀ, ਇਹ ਵੀਡੀਓ ਨੂੰ ਜ਼ਰੂਰ ਸਾਰੇ ਸ਼ੇਅਰ ਕਰੋ। ਇੱਧਰ ਬਾਪੂ ਸਾਡਾ ਇਹ ਵੀ ਪ੍ਰੈਸ ਤੇ ਲੱਗਿਆ ਹੋਇਆ ਹੁਣ, ਬਾਪੂ ਦਾ ਚੂੜਾ ਟੁੱਟਿਆ ਹੋਇਆ, ਛੱਤੀਸਗੜ੍ਹ ਤੋਂ ਆਏ ਸੀ ਬਾਪੂ ਸਾਡੇ ਕੋਲੇ, ਤੇ
ਜਾਣੀ ਕਿ ਕੁੜਤੇ ਪਜਾਮੇ ਸਾਰਾ ਦਿਨ ਇਹਨਾਂ ਨੇ ਪ੍ਰੈਸ ਕਰਨੇ, ਜਿਹੜੇ ਵੀ ਸੂਟ ਇਹਨਾਂ ਨੂੰ ਦੇਈਦੇ ਆ ਸਾਰਾ ਦਿਨ ਇਹ ਸੇਵਾ ਸਾਡੇ ਨਾਲ ਕਰਾਉਂਦੇ ਨੇ। ਤੇ ਬਸ ਇੰਨੀਆਂ ਕੀ ਸਾਡੀਆਂ ਬੇਨਤੀਆਂ ਜੀ, ਵਾਹਿਗੁਰੂ ਅੱਗੇ ਅਰਦਾਸ ਕਰਿਓ ਮਨੁੱਖਤਾ ਦੀ ਸੇਵਾ, ਪਰਿਵਾਰ ਇਸੇ ਤਰ੍ਹਾਂ ਹੀ ਖੁਸ਼ੀਆਂ ਤੇ ਖੇੜਿਆਂ ਨਾਲ ਜ਼ਿੰਦਗੀ ਬਤੀਤ ਕਰੇ, ਇੱਕ ਦੂਸਰੇ ਨਾਲ ਰਲ ਮਿਲ ਕੇ ਇੱਕ ਪਰਿਵਾਰ ਵਾਂਗ ਸਾਫ਼ ਮਨ ਨਾਲ ਚੰਗੀ ਨੀਤ ਨਾਲ ਸੇਵਾ ਕਰਦੇ ਰਹੀਏ ਜੀ ਅਸੀਂ ਅਖੀਰਲੇ ਸਵਾਸ ਤੀਕਰ। ਬਾਕੀ ਕਈ ਵਾਰੀ ਬੋਲਣ ਕਾਰਨ 'ਚ ਕੋਈ ਗਲਤੀ ਹੋ ਜਾਂਦੀ ਹੈ, ਗਲਤੀਆਂ ਦੇ ਪੁਤਲੇ ਆ ਇਨਸਾਨ, ਮਾਫ਼ ਕਰਿਓ ਜੇ ਕੋਈ ਗਲਤ ਬੋਲਿਆ ਗਿਆ ਹੋਵੇ ਲਫ਼ਜ਼। ਅਤੇ ਬੇਨਤੀ ਆ ਮਾਤਾ ਹੁਣ ਵਾਲੇ ਪਾਸੇ ਕੂਲਰ ਦੀ ਬੇਨਤੀ ਕਰੀ ਸੀਗੀ, ਪਰ ਹਜੇ ਲੱਗਿਆ ਤਾਂ ਨਹੀਂ ਹੈਗਾ ਕੁਛ। ਵੀਰਾਂ ਦੇ ਫੋਨ ਤਾਂ ਸਾਨੂੰ ਜ਼ਰੂਰ ਆਏ ਨੇ ਇੱਕ ਦੋ ਜਣਿਆਂ ਦੇ, ਅਤੇ ਕੂਲਰ ਦੀ ਜ਼ਰੂਰਤ ਆ ਜੀ, ਕੂਲਰ ਦੀ ਸੇਵਾ ਦੇ ਵਿੱਚ ਜ਼ਰੂਰ ਸਾਡੇ ਨਾਲ ਹਿੱਸਾ ਪਾਇਓ। ਵੱਡਾ ਕੂਲਰ ਲੱਗਣਾ 3 ਦੀ ਮੋਟਰ ਵਾਲਾ, ਕਰੀਬ 70,000 ਦਾ ਕੂਲਰ ਆ, ਅਤੇ 20-25,000 ਦੀ, 30,000 ਦੀ ਡਕਟ ਲੱਗਣੀ ਆ ਮੂਹਰੇ। ਅਤੇ ਜੇ ਕੋਈ ਵੀਰ ਭਰਾ ਕੂਲਰ ਦੀ ਸੇਵਾ ਕਰਵਾ ਸਕਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ, ਅਤੇ ਤਾਂ ਜੋ ਉੱਥੇ ਗਰਮੀ ਤੋਂ ਸਾਡੇ ਪਰਿਵਾਰ ਦੇ ਮੈਂਬਰ ਬਚ ਸਕਣ। ਅਤੇ ਹੋਸਪਿਟਲ ਦੇ ਵਿੱਚ ਵੀ ਇੱਕ ਕੂਲਰ ਲੱਗਣਾ ਹੋਰ ਜੀ, ਉਹਦੇ ਵਿੱਚ ਵੀ ਉੱਪਰਲੀ ਜਿਹੜੀ ਸਾਡੀ ਮੰਜ਼ਿਲ ਆ ਤਾਂ ਵਾਲੀ, ਉਹਦੇ ਵਿੱਚ ਵੀ ਜੇ ਕੋਈ ਵੀਰ ਕੂਲਰ ਦੀ ਸੇਵਾ ਕਰਾ ਸਕਦਾ ਤਾਂ ਵੱਡੇ ਕੂਲਰ ਦੀ ਲੋੜ ਆ ਜੀ। ਬਸ ਇੰਨੀਆਂ ਕੁ ਬੇਨਤੀਆਂ, ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਓ, ਅਤੇ ਜੇ ਕੋਈ ਭੈਣ ਭਰਾ ਵੀਰ ਸਾਡਾ ਫੇਸਬੁੱਕ ਦਾ ਕੋਈ ਜਾਹਰ ਮਾਹਰ ਆ ਸਾਡੀ ਮਦਦ ਕਰ ਸਕਦਾ। ਸਾਡੇ ਫੇਸਬੁੱਕ ਪੇਜ ਬਿਲਕੁਲ ਡੈਮੇਜ ਹੋ ਚੁੱਕਿਆ ਕਿਉਂਕਿ ਅਸੀਂ ਵੀਡੀਓ ਵਗੈਰਾ ਫੋਟੋਆਂ ਪਾਉਂਦੇ ਰਹੇ ਪਹਿਲਾਂ, ਜਿਵੇਂ ਜ਼ਖਮਾਂ ਜੁਖਮਾਂ ਵਾਲੀਆਂ ਕੀੜਿਆਂ ਵਾਲੀਆਂ, ਅਤੇ ਉਹਦੇ ਕਰਕੇ ਉਹ ਸਟ੍ਰਾਈਕ ਵਗੈਰਾ ਕਰਦੇ ਰਹੇ। ਸਿਕਿਉਰਿਟੀ ਗਾਈਡਲਾਈਨ ਜਿਹੜੀਆਂ ਹੁੰਦੀਆਂ ਫੇਸਬੁੱਕ ਦੀਆਂ, ਕਮਿਊਨਿਟੀ ਗਾਈਡਲਾਈਨ, ਉਹਨਾਂ ਬਾਰੇ ਸਾਨੂੰ ਨੌਲੇਜ ਨਹੀਂ ਸੀਗੀ, ਅਤੇ ਉਸ ਕਰਕੇ ਉਹਨਾਂ ਨੇ ਪੇਜ ਦੇ ਉੱਪਰ ਸਾਡੇ 'ਤੇ ਰਿਸਟ੍ਰਿਕਸ਼ਨਸ ਲਾ ਤੀਆਂ, ਉਸ ਪੇਜ ਦੇ ਉੱਪਰ ਉਹਨਾਂ ਨੇ ਕਾਫ਼ੀ ਜ਼ਿਆਦਾ ਪਾਬੰਦੀਆਂ ਲਾ ਤੀਆਂ, ਜਿਹਦੇ ਕਰਕੇ ਹੁਣ ਪੇਜ ਦਿਖਾਈ ਨਹੀਂ ਦਿੰਦਾ, ਹੋਰਾਂ ਤੱਕ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਸਾਡਾ ਪੇਜ। ਬਸ ਇੰਨੀਆਂ ਕੁ ਸਾਡੀਆਂ ਬੇਨਤੀਆਂ ਜੀ, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ, ਚੜ੍ਹਦੀ ਕਲਾ ਬਖਸ਼ਣ, ਤੰਦਰੁਸਤੀ ਬਖਸ਼ਣ ਸਾਰਿਆਂ ਨੂੰ। ਬਾਬਾ ਜੀ ਪ੍ਰਸ਼ਾਦ ਵੰਡਣ ਲੱਗ ਗਏ ਨੇ ਜੀ, ਅਤੇ ਮਾਤਾ ਕਾਂਤਾ ਮੱਟੂ ਹੁਣੀ ਸਾਡੇ ਸੈਰ ਕਰਨ ਲੱਗ ਗਏ ਨੇ ਜੀ, ਅੱਖਾਂ ਤੋਂ ਬਲਾਈਂਡ ਨੇ ਮਾਤਾ ਜੀ, ਬੱਚੇ ਸਾਡੇ ਸਾਰੇ ਵਾਲੀਬਾਲ ਖੇਡ ਰਹੇ ਨੇ। ਬਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।